ਚਾਰ ਨੂੰ ਭੁੱਲਦੇ ਹੀ ਜਾ ਰਹੇ ਨੇ। ਮੈਂ ਇਹਨਾਂ ਨੂੰ ਬਸ ਇਹੀ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਇਹਨਾਂ ਵਿੱਚੋਂ ਇੱਕ ਇੱਕ ਵੀ ਜਾਣਦਾ ਹੈ। ਮੈਂ ਤੁਹਾਨੂੰ ਇੱਕ ਸ਼ਬਦ ਸੁਣਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਜਵੀਰ ਸਿੰਘ ਕੇਸਪਾਲ ਪ੍ਰਚਾਰ ਸੰਸਥਾ ਦਾ ਟਰੱਸਟੀ। ਅਸੀਂ ਇੱਥੇ ਅੱਜ ਸਾਰੇ ਜਣੇ ਇਕੱਤਰ ਹੋਏ ਹਾਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ GT ਰੋਡ ਆਡੀਟੋਰੀਅਮ ਵਿਖੇ ਪ੍ਰੀ ਫਾਈਨਲਸ ਕਰਾ ਰਹੇ ਹਾਂ ਸਾਗਾ 2007। ਸਾਗਾ ਫੰਕਸ਼ਨ ਅਸੀਂ ਸਪਿਰਚੁਅਲ ਐਂਡ ਕਲਚਰ ਅਬਿਲਿਟੀ ਪਿਛਲੇ 5-6 ਸਾਲ ਤੋਂ ਕਰਾ ਰਹੇ ਹਾਂ। ਪਹਿਲਾਂ ਇਸ ਤੋਂ ਪਹਿਲਾਂ 2 ਲੁਧਿਆਣੇ 'ਚ ਹੋ ਚੁੱਕੇ ਨੇ। ਇਹਦਾ ਸਾਡਾ ਮੰਤਵ ਹੈਗਾ ਕਿ ਅਸੀਂ ਸਿੱਖ ਮੁੰਡੇ ਅਤੇ ਕੁੜੀਆਂ ਨੂੰ ਸੋਹਣੀ ਉਦਰਤਾਸ਼ ਸਿਖਾ ਸਕਣ ਅਤੇ ਜਿਹੜੀ ਇਹ ਪ੍ਰਥਾ ਚੱਲੀ ਹੋਈ ਹੈ ਵਾਲ ਕਟਵਾਉਣ ਦੀ, ਇਹਨੂੰ ਰੋਕਿਆ ਜਾ ਸਕੇ। ਇਸ ਵਾਸਤੇ ਅਸੀਂ ਲਗਾਤਾਰ ਪਿਛਲੇ 5-6 ਸਾਲਾਂ ਤੋਂ ਇਹ ਸਾਡਾ ਹੋ ਰਿਹਾ ਹੈ। ਇਹ ਸਾਡੇ ਜਿਹੜੇ ਅੱਜ ਪ੍ਰੀ ਫਾਈਨਲਸ ਹੋ ਰਹੇ ਨੇ, ਇਹਦੇ 'ਚ ਤਕਰੀਬਨ 120 ਬੱਚਿਆਂ ਨੇ ਭਾਗ ਲਿਆ ਅਤੇ ਉਹਨਾਂ ਵਿੱਚੋਂ ਅਸੀਂ 40 ਇੱਥੇ ਫਾਈਨਲ ਕਰਾਂਗੇ। ਅੱਜ ਜਿਹੜਾ ਸਾਡਾ ਟੋਟਲ ਸੈਮੀ ਫਾਈਨਲ ਹੈ, ਇੱਥੋਂ ਸਾਡੇ ਕੋਲ ਲੁਧਿਆਣਿਓਂ ਜਲੰਧਰੋਂ ਬੱਚੇ ਆ ਚੁੱਕੇ ਨੇ। ਉਹਨਾਂ 'ਚੋਂ ਅਸੀਂ ਟੋਟਲ ਫਾਈਨਲ ਕਰਕੇ 2 ਦਸੰਬਰ ਐਤਵਾਰ ਵਾਲੇ ਦਿਨ ਸ਼ਾਮੀ 4:30 ਗੁਰੂ ਨਾਨਕ ਆਡੀਟੋਰੀਅਮ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਹੋਣਾ ਹੈ। ਉੱਥੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਉੱਥੇ ਹੁੰਮ ਹੁਮਾ ਕੇ ਪਹੁੰਚਣ, ਸਾਡੀ ਗੈਦਰਿੰਗ ਵਧਾਉਣ ਅਤੇ ਦੇਖਣ ਕਿ ਸਿੱਖ ਮੁੰਡੇ ਅਤੇ ਨੌਜਵਾਨ ਕੁੜੀਆਂ ਵੀ ਬਹੁਤ ਕੁਛ ਅੱਗੇ ਆ ਕੇ ਬਹੁਤ ਕੁਛ ਆਪਣੇ ਪੰਜਾਬ ਲਈ ਬਹੁਤ ਕੁਛ ਕਰ ਸਕਦੇ ਨੇ, ਇਸ ਮਾਡਲਿੰਗ ਦੇ ਫੀਲਡ ਵਿੱਚ ਵੀ, ਇਸ ਸਿੱਖੀ ਦੇ ਫੀਲਡ ਵਿੱਚ ਵੀ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਬਜੀਤ ਸਿੰਘ ਅਤੇ ਮੈਂ USA ਤੋਂ ਆਇਆਂ ਅਤੇ ਇਹ ਬਹੁਤ ਵਧੀਆ ਉਪਰਾਲਾ ਹੋ ਰਿਹਾ ਜਿਹੜਾ ਸਿੱਖ ਮਾਡਲ ਹੈਗੇ ਆ ਅਤੇ ਫਿਲਮਾਂ ਵਿੱਚ ਜਾਣਗੇ, ਫਿਲਮਾਂ ਵਿੱਚ ਜੋ ਹਾਲ ਸਿੱਖਾਂ ਦਾ ਹੋ ਰਿਹਾ ਅਤੇ ਇਸ ਤੋਂ ਸਿੱਖ ਜਿਹੜੇ ਨੂੰ ਜਿਹੜਾ ਦਿੱਖ ਮਿਲੀ ਆ ਫਿਲਮਾਂ ਦੇ ਵਿੱਚ ਬਹੁਤ ਫਨੀ ਮਿਲੀ ਆ, ਅਤੇ ਜਾਂ ਕੋਈ ਡਰਾਈਵਰ ਬਣਿਆ ਹੁੰਦਾ ਜਾਂ ਕੋਈ ਸ਼ਰਾਬੀ ਬਣਾਇਆ ਹੁੰਦਾ, ਅਤੇ ਆਪਣੇ ਜਿਹੜੇ ਸਿੱਖ ਨੌਜਵਾਨ ਆ ਉੱਚੇ ਲੰਮੇ ਗੱਭਰੂ ਪੱਗਾਂ ਬੰਨੀਆਂ ਉਹ ਇਸ ਫੀਲਡ ਵਿੱਚ ਜਾ ਕੇ ਆਪਣੀ ਸਿੱਖ ਕੌਮ ਦਾ ਨਾਂ ਰੌਸ਼ਨ ਕਰਨਗੇ, ਅਤੇ ਮੈਂ ਵੀ ਉਚੇਚੇ ਤੌਰ 'ਤੇ ਇਸ ਕਰਕੇ ਭਾਗ ਵੀ ਲੈਣਾ ਹੈ ਅਤੇ ਇਹ ਬਹੁਤ ਵਧੀਆ ਉਪਰਾਲਾ ਹੋ ਰਿਹਾ। ਅਤੇ ਆਲ ਦਾ ਬੈਸਟ, ਬੈਸਟ ਆਫ ਲੱਕ ਟੂ ਆਲ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਦੀਪ ਕੌਰ,
मुस्कान है और मैं इस प्रोग्राम जड़ा आयोजित किया हुआ है केश संभाल ये बारे बोलना चाहनी हाँ। बहुत ही वधिया उपराला है क्योंकि जिवें असी देखते हाँ सिख धर्म विच अजकल सारे कहते ने कि यह गलत हो गया यह गलत हो गया यह गलत क्यों हो रहा है साड़ी सोच करके और नाल दी नाल जड़ा सी अपने सिख धर्म बारे बहुत घट सोचते हैं बल्कि सोचते ही नहीं इवें दे उपराले बहुत घट करते हैं और जे उपराला जड़ा इहो जे कीता है मैं सोचती हाँ बहुत ही वधिया है इहो जे उपराले जे रोज होण तां साडे सिख नौजवान पीढ़ी जड़ी है इस नूं सिख धर्म दे होर करीब लिया जा सकता है मेरा यही कहना और मेरा नाम सवरीत कौर है ते मैं खालसा कॉलेज प्लस टू क्लास दी स्टूडेंट हाँ और मैं इस कॉम्पीटिशन बारे यह कह सकती हाँ कि यह कॉम्पीटिशन बहुत वधिया है जिवें कि अजकल सिख रिलीजन नूं असी छड़ रहे हैं और वैसटर्न कल्चर अपना रहे हैं बट यह जिहड़ा कॉम्पीटिशन है वह सिख रिलीजन नूं बहुत ही प्रमोट करेगा और स्टूडेंट्स नूं या साड़ी यंग जनरेशन नूं उस दे बारे बहुत कुछ पता लगेगा जिवें इस कॉम्पीटिशन दे विच सारे जिन्हें भी कॉम्पीटिटर्स आए हुए ने सारे सरदार ने और उस तो बाद इन्हां नूं मतलब साडे अपने कल्चर बारे बहुत कुछ पता लगा है सिख धर्म बारे तो और उस दे बारे सब कुछ बस मैं ही कहना सकती हूँ। मेरा नाम अरविंदर सिंह है जी मैं गोल्डन टेंपल गुरु महाराज की नगरी लागे आया हाँ। ये जो प्रोग्राम उलीकिया गया है ये सिख धर्म लिए बहुत वड्डा उपराला है इस दे नाल सिख धर्म के बच्चों बहुत उत्साह मिलेगा जिस तरह की हिंदू कौम विच रैंप ते आंदे ने लड़के ते उन्हां नूं सिख लड़के देख के दाढ़ी कटाई जा रहे ने वाल कटाई जा रहे ने असी पूरे साबत सूरत पूरी दस्तार नाल सोहनी दस्तार नाल इस प्रोग्राम च हिस्सा लिया ते सानू देख के होर इस तरह सिख बच्चा उत्साह वधेगा ते ओ इस तरह के प्रोग्राम च हिस्सा लैणगे।